ਸਰਕਾਰ ਨੇ ਜ਼ੋਰ ਕਰਤਾ ਹਿਮਾਚਲ ਤੇ ਆਪਣੀਆਂ ਗੁਜਰਾਤ ਦੇ ਚੋਣ ਦੇਖਦੇ ਹੋਏ ਉਹਦੇ ਨੋਟੀਫਿਕੇਸ਼ਨ ਦੇ ਵਿੱਚ ਮੈਨੂੰ ਕੁਝ ਸਪਸ਼ਟ ਨਹੀਂ ਕੀਤਾ ਪਰ ਨੋਟੀਫਿਕੇਸ਼ਨ ਕਰਨ ਨੂੰ 2 ਮਹੀਨੇ ਦਾ ਸਮਾਂ ਬੀਤ ਗਿਆ ਉਸ ਤੋਂ ਬਾਅਦ ਆਏ ਨੇ ਨੋਟੀਫਿਕੇਸ਼ਨ ਕਰ ਨਹੀਂ ਦਿੱਤਾ ਨਾ ਕੋਈ ਕਲੈਰੀ ਦਿੱਤੀ ਗਈ ਆ ਨਾ ਕੋਈ ਡਿਟੇਲ ਦਿੱਤੀ ਆ ਇਸ ਸੰਬੰਧ ਦੇ ਵਿੱਚ ਅਸੀਂ ਇਹ ਚਾਹੁੰਦੇ ਕਿ ਜੋ ਦਿੱਲੀ ਸਰਕਾਰ ਨੋਟੀਫਿਕੇਸ਼ਨ ਜਾਰੀ ਕਰਤਾ ਤਾਂ ਉਹਦੇ ਅਕੋਰਡਿੰਗ ਜੋ ਪੰਜਾਬ ਦੇ ਇਲੈਕਟ੍ਰੋਨਿਕ ਮੈਂਸ਼ਨ ਬਾਹਰ ਹੋ ਗਏ ਸਾਡੀ ਹੈਗੀ ਐਪਲੀਕੇਸ਼ਨ ਟੋਪੀ ਬੰਦ ਕਰਕੇ ਟੋਪੀ ਹੋਣੀ ਚਾਹੀਦੀ ਸੀ ਤੇ ਨਾ ਸਾਨੂੰ ਕੋਈ ਡਿਟੇਲ ਨੰਬਰ ਅਲਾਟ ਕੀਤਾ ਸਰਕਾਰ ਨੇ ਜੇਕਰ ਸਰਕਾਰ ਅੱਜ ਵੀ ਇਸ ਐਕਸ਼ਨ ਤੇ ਨਹੀਂ ਪੁੱਛਦੀ ਜਾਂ ਨਹੀਂ ਕਾਰਵਾਈ ਕਰਦੀ ਤਾਂ ਹੈਗਾ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕਰਦੇ ਆ ਉਹ ਹੋਰ ਸਕਦਾ ਹੈ ਮਹਾਰਾਜ ਮੇਟਾ ਜਿੰਦਾਬਾਦ ਆ ਪਾਰਟੀ ਸਰਕਾਰ ਮਰਦਾਬਾਦ ਇਹਦਾ ਹੈ ਬਾਰੇ ਪੂਰਾ ਕਰੋ ਦੋ ਮਹੀਨੇ ਦਾ ਸਮਾਂ ਬੀਤ ਗਿਆ ਉਸ ਤੋਂ ਬਾਅਦ ਆਏ ਨੇ ਨੋਟੀਫਿਕੇਸ਼ਨ ਕਰ ਨਹੀਂ ਦਿੱਤਾ ਨਾ ਕੋਈ ਕਲੈਰੀ ਦਿੱਤੀ ਗਈ ਆ ਨਾ ਕੋਈ ਡਿਟੇਲ ਦਿੱਤੀ ਆ ਇਸ ਸੰਬੰਧ ਦੇ ਵਿੱਚ ਅਸੀਂ ਇਹ ਚਾਹੁੰਦੇ ਕਿ ਜੋ ਦਿੱਲੀ ਸਰਕਾਰ ਨੋਟੀਫਿਕੇਸ਼ਨ ਜਾਰੀ ਕਰਤਾ ਤਾਂ ਉਹਦੇ ਅਕੋਰਡਿੰਗ ਜੋ ਪੰਜਾਬ ਦੇ ਇਲੈਕਟ੍ਰੋਨਿਕ ਮੈਂਸ਼ਨ ਬਾਹਰ ਹੋ ਗਏ ਸਾਡੀ ਹੈਗੀ ਐਪਲੀਕੇਸ਼ਨ ਟੋਪੀ ਬੰਦ ਕਰਕੇ ਟੋਪੀ ਹੋਣੀ ਚਾਹੀਦੀ ਸੀ ਤੇ ਨਾ ਸਾਨੂੰ ਕੋਈ ਡਿਟੇਲ ਨੰਬਰ ਅਲਾਟ ਕੀਤਾ ਸਰਕਾਰ ਨੇ ਜੇਕਰ ਸਰਕਾਰ ਅੱਜ ਵੀ ਇਸ ਐਕਸ਼ਨ ਤੇ ਨਹੀਂ ਪੁੱਛਦੀ ਜਾਂ ਨਹੀਂ ਕਾਰਵਾਈ ਕਰਦੀ ਤਾਂ ਹੈਗਾ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕਰਦੇ ਆ ਉਹ ਹੋਰ ਸਕਦਾ ਹੈ ਮਹਾਰਾਜ ਮੇਟਾ ਜਿੰਦਾਬਾਦ ਆ ਪਾਰਟੀ ਸਰਕਾਰ ਮਰਦਾਬਾਦ ਇਹਦਾ ਹੈ ਬਾਰੇ ਪੂਰਾ ਕਰੋ ਪਾਲ ਪਾਣੀ ਪਸ਼ੂ ਸਕੀਮ ਲਾਗੂ ਕਰੋ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ